हे गुरु वाहे गुरु वाहे गुरु वाहे गुरु। पाक ठड़े हर संत तुम्हारे जिन कर तन हर नाम परवान गणी से ये आए सफल तना के काम मेरे हर जन के हो बल जाए किसा का कर चवर टुलामा चरण तूड़ मुखला जन्म मरण दो हूं मैं ना जन परपकारियां जीदान दे भगती लायन हर स्यों ले मिला आनंद गुण निदान गुरु गरीब निवार गरीब निवार गरीब तेरिया भगतां को बलहारा तेरिया भगतां को बलहारा तेरिया भगतां को बलहारा थान सुहावा सदा प्रभ तेरा थान सुहावा सदा प्रभ तेरा रंग तेरे अपारा रंग तेरे अपारा तेरे भगतां को बलहारा तेरे भगतां को बलहारा तेरी कुदरत तू है जाने तेरी कुदरत तू है जाने और न दूजा जाने जिसनो कृपा करे मेरे प्यारे जिसनो कृपा करे मेरे प्यारे सोई तुझे पछाड़े तेरे भगतां को बलहारा तेरे भगतां को बलहारा
ਹਾਨ ਸੁਹਾਵਾ ਸਦਾ ਪ੍ਰਭ ਤੇਰਾ, ਹਾਨ ਸੁਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਅਪਾਰਾ, ਤੇਰਿਆਂ ਭਗਤਾਂ ਕੋ ਬਲਿਹਾਰਾ, ਤੇਰਿਆਂ ਭਗਤਾਂ ਕੋ ਬਲਿਹਾਰਾ। ਤੇਰੀ ਸੇਵਾ ਤੁਝ ਤੇ ਹੋਵੇ, ਤੇਰੀ ਸੇਵਾ ਤੁਝ ਤੇ ਹੋਵੇ, ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਪਾਵੇ, ਭਗਤ ਤੇਰਾ ਸੋਈ ਤੁਧ ਪਾਵੇ, ਜਿਸਨੂੰ ਤੂੰ ਰੰਗ ਤਰਤਾ, ਜਿਸਨੂੰ ਤੂੰ ਰੰਗ ਤਰਤਾ, ਤੇਰਿਆਂ ਭਗਤਾਂ ਕੋ ਬਲਿਹਾਰਾ, ਤੇਰਿਆਂ ਭਗਤਾਂ ਕੋ ਬਲਿਹਾਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਅਪਾਰਾ, ਤੇਰਿਆਂ ਭਗਤਾਂ ਕੋ ਬਲਿਹਾਰਾ, ਤੇਰਿਆਂ ਭਗਤਾਂ ਕੋ ਬਲਿਹਾਰਾ। ਤੂੰ ਵੱਡਦਾਤਾ, ਤੂੰ ਵੱਡਦਾਨਾ, ਤੂੰ ਵੱਡਦਾਨਾ, ਤੂੰ ਵੱਡਦਾਨਾ, ਤੂੰ ਵੱਡਦਾਤਾ, ਤੂੰ ਵੱਡਦਾਨਾ, ਤੂੰ ਵੱਡਦਾਤਾ, ਤੂੰ ਵੱਡਦਾਨਾ, ਔਰ ਨਹੀਂ ਕੋ ਦੂਜਾ, ਤੂੰ ਸਮਰੱਥ ਸੁਆਮੀ ਮੇਰਾ, ਤੂੰ ਸਮਰੱਥ ਸੁਆਮੀ ਮੇਰਾ, ਹੋ ਕਿਆ ਜਾਣਾ ਤੇਰੀ ਪੂਜਾ, ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਕਮ ਤੇਰਾ ਹੈ ਪਾਣਾ, ਕਹੋ ਨਾਨਕ ਠਹਿ ਪਿਆ ਦੁਆਰੇ, ਕਹੋ ਨਾਨਕ ਠਹਿ ਪਿਆ ਦੁਆਰੇ, ਰੱਖ
ਰੱਖ ਲੈ ਵੋ ਮੁਗਦ ਅਜਾਣਾ ਤੇਰਿਆਂ ਭਗਤਾਂ ਕੋ ਬਲਿਹਾਰਾ ਤੇਰਿਆਂ ਭਗਤਾਂ ਕੋ ਬਲਿਹਾਰਾ ਧਾਨ ਸੁਹਾਵਾ ਸਦਾ ਪ੍ਰਭ ਤੇਰਾ ਧਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਤੇਰਿਆਂ ਭਗਤਾਂ ਕੋ ਬਲਿਹਾਰਾ ਤੇਰਿਆਂ ਭਗਤਾਂ ਕੋ ਬਲਿਹਾਰਾ ਖਾਨ ਸੁਹਾਵਾ ਸਦਾ ਪ੍ਰਭ ਤੇਰਾ ਖਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰੰਗ ਤੇਰੇ ਅਪਾਰਾ ਤੇਰਿਆਂ ਭਗਤਾਂ ਕੋ ਬਲਿਹਾਰਾ ਤੇਰਿਆਂ ਭਗਤਾਂ ਤੇਰਿਆਂ ਭਗਤਾਂ ਤੇਰਿਆਂ ਭਗਤਾਂ ਕੋ ਬਲਿਹਾਰਾ ਤੇਰਿਆਂ ਭਗਤਾਂ ਕੋ ਬਲਿਹਾਰ ਹਰ ਹਰ ਨਾਮ ਜਪੰਤਿਆ ਕਛ ਨਾ ਕਹੈ ਜਮਕਾ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਹਰ ਕਾ ਨਾਮ ਧਿਆਇ ਕੈ ਹੋ ਹਰ ਪਾਈ ਕਰ ਲਖੰਤ ਪਾਈਐ ਰਸੁਹਾਈ ਬੰਤ ਤ੍ਰਿਪਣ ਮੌਲਿਆ ਫਲ ਪਾਈ ਮਿਲ ਸਦ ਸੁਖ ਪੁਜੈ ਲਤੀ ਸਭ ਜਾਈ ਨਾਨਕ ਸਿਮਰੈ ਇੱਕ ਨਾਮ ਫਿਰ ਬੌੜ ਨਾ ਤਾਈ ਨਾਨਕ ਸਿਮਰੈ ਇੱਕ ਨਾਮ ਫਿਰ ਬੌੜ ਨਾ ਤਾਈ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਿਖਣ ਤੇ ਪਾਈ ਐ ਇਹ ਰੁਤ ਸੁਹਾਈ ਵਣ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਮਿਲ ਸਾਧੂ ਸੁਖੀ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਫਿਰ ਬੋਹੜ ਨਾ ਤਾਈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਅਹਮੇ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇ ਪੰਜੇ ਬੱਧੇ ਮਾਮਲੇ ਘਰ ਸੱਚ ਟੋਆ ਆਪਣੇ ਚੰਜ ਪਾਇਣ ਵਿੱਚ ਦੇਖੋ ਰੋਗ ਸੋਖ ਸਮਿਟ ਗਏ ਨਿਤਨਵਾਨ ਰੋਆ ਰਹਿਣ ਨਾਮ ਧਿਆਏ ਦਾ ਫਿਰ ਪੈ ਨਮੋ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨਾਮੋਆ ਜਿਸ ਤੇ ਉਪਜਿਆ ਨਾਨਕਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ
ਰਾਗ ਬਸੰਤ ਦੇ ਵਿੱਚ ਬਸੰਤ ਦੀ ਵਾਰ ਜਿਹੜੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਉਸ ਦੇ ਵਿੱਚੋਂ ਇਸ ਰੁੱਤ ਇਸ ਸਮੇਂ ਦੇ ਵਿੱਚ ਪੜ੍ਹਨ ਵਾਲੀ ਵਾਰ ਹੈ। ਸਭ ਤੋਂ ਛੋਟੀ 3 ਪੌੜੀਆਂ ਦੀ ਵਾਰ। ਇਹ ਮਰਿਆਦਾ ਹੈ ਕਿ ਇਸ 2 ਮਹੀਨੇ ਮਾਘ ਔਰ ਫੱਗਣ ਦੇ ਵਿੱਚ ਕੀਰਤਨ ਦੀ ਪ੍ਰਾਰੰਭਤਾ ਔਰ ਕੀਰਤਨ ਦੀ ਸਮਾਪਤੀ ਅਤੇ ਇਹ ਬਸੰਤ ਦੀ ਵਾਰ ਅਤੇ ਰਾਗ ਬਸੰਤ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 1168 ਤੋਂ ਲੈ ਕੇ 1196 ਤੱਕ ਬਾਣੀ ਦਰਜ ਹੈ ਉਹਦੇ ਵਿੱਚੋਂ ਜਿੰਨਾ ਵੀ ਹੋ ਸਕੇ ਇਸ ਸਮੇਂ ਵਿੱਚ ਬਾਣੀ ਜੋ ਸ਼ਬਦ ਪੜ੍ਹੇ ਜਾਣ ਔਰ ਇਸ ਰਾਗ ਨੂੰ ਗਾਇਆ ਜਾਏ। ਆਪ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਸਰਵਣ ਕੀਤਾ। ਤੇਰਿਆਂ ਭਗਤਾਂ ਕਹੋ ਬਲਿਹਾਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਅਪਾਰਾ। ਕਹਿੰਦੇ ਤੇਰੇ ਭਗਤਾਂ ਤੋਂ ਮੈਂ ਬਲਿਹਾਰ ਜਾਣਾ, ਕੁਰਬਾਨ ਜਾਣਾ, ਕਿਉਂਕਿ ਭਗਤ ਤੇਰੇ ਮਨ ਭਾਉਂਦੇ। ਭਗਤਾਂ ਨੂੰ ਕਹਿੰਦੇ ਪਰਮਾਤਮਾ ਜੋ ਹੈ ਬਹੁਤ ਪਿਆਰ ਕਰਦਾ ਹੈ, ਕਿਉਂਕਿ ਭਗਤ ਤੇਰੇ ਮਨ ਭਾਉਂਦੇ। ਉਹ ਕੀ ਕਰਦੇ ਨੇ? ਦਰ ਸੋਹਨ ਕੀਰਤ ਗਾਉਂਦੇ, ਦਰ ਤੇ ਖੜੇ, ਭਾਵ ਉਹਦੇ ਦਰ ਨਾਲ ਜੁੜੇ। ਇਸ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਦੇ ਦਰ ਨਾਲ ਜੁੜੇ ਰਹਿੰਦੇ ਨੇ। ਇਸ ਕਰਕੇ ਕਹਿੰਦੇ ਮੈਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਉਹਨਾਂ ਤੋਂ। ਭਾਗਾਂ ਵਾਲੇ ਨੇ ਉਹ, ਤੇਰਿਆਂ ਭਗਤਾਂ ਕੋ ਬਲਿਹਾਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਅਪਾਰਾ। ਉਹ ਤੇਰੇ ਥਾਨ ਤੇਰੇ ਘਰ, ਸੋ ਦਰ ਸੋ ਘਰ, ਉਹਦੇ ਨਾਲ ਕਹਿੰਦੇ ਉਹ ਜੁੜੇ ਰਹਿੰਦੇ ਨੇ, ਆਪਣੀ ਮਨ ਬਿਰਤੀ ਲਗਾਈ ਰੱਖਦੇ ਨੇ। ਕੌਣ? ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਆਏ, ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ, ਕੇਸਾਂ ਕਾ ਘਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਏ। ਕਿਉਂਕਿ ਉਹ ਭਗਤ ਜਨਮ ਮਰਨ ਦੋਹੋ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਸ ਤਰ੍ਹਾਂ ਦੇ ਭਗਤ, ਇਸ ਤਰ੍ਹਾਂ ਦੇ ਜਨ, ਇਸ ਤਰ੍ਹਾਂ ਦੇ ਸੇਵਕ ਭਾਈ ਕਨ੍ਹੱਈਆ ਜੀ, ਤਿਨ੍ਹਾਂ ਦੀ ਯਾਦ ਨੂੰ ਸਮਰਪਿਤ ਆਪਾਂ ਇਹ ਮਹਾਨ ਗੁਰਮਤਿ ਸਮਾਗਮ ਸੰਤ ਅਨੂਪ ਸਿੰਘ ਜੀ ਦੇ ਵਿਸ਼ੇਸ਼ ਉਪਰਾਲੇ ਉੱਦਮ ਦੇ ਸਦਕਾ ਆਪਾਂ ਗੁਰੂ ਸਾਹਿਬ ਦੀ ਗੋਦ ਵਿੱਚ ਜੁੜ ਕਰਕੇ ਇਸ ਨੂੰ ਮਾਣਦੇ ਹਾਂ। ਸਾਨੂੰ ਵੀ ਮਾਣ ਬਖਸ਼ਿਆ ਹੈ ਗੁਰੂ ਸਾਹਿਬ ਨੇ ਕਿ ਇਸ ਪਾਵਨ ਪਵਿੱਤਰ ਸਮਾਗਮ ਵਿੱਚ ਆਪਾਂ ਇਹ ਵਡਮੁੱਲਾ ਸਮਾਂ ਆਪ ਜੀ ਦੇ ਕੀਰਤਨ ਦੁਆਰਾ ਹਾਜ਼ਰੀ ਭਰ ਕੇ ਸੇਵਾ ਕਰ ਸਕੀਏ। ਸਮਾਂ ਬੜਾ ਹੀ ਸੰਖੇਪ ਦੇ ਵਿੱਚ ਹੈ, ਲਗਭਗ ਸਮਾਪਤ ਹੈ। ਇੱਕ ਸ਼ਬਦ ਦੀ ਹੋਰ ਹਾਜ਼ਰੀ ਉਹਨਾਂ ਦੇ ਪੜਥਾਏ ਕਿ ਐਸੋ ਕੌਣ ਬਲੀ ਰੇ, ਜਿਨ ਮਿਲ ਮਾਰੇ ਪੰਜ ਸੂਰਬੀਰ, ਜਿਨ ਪੰਜ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਪੂਰੇ ਪੂਰੇ ਦੇ ਨਾਲ ਜੁੜੇ ਹੋਏ ਭਾਈ ਕਨ੍ਹੱਈਆ ਜੀ, ਆਓ ਉਹਨਾਂ ਦੇ ਸੰਬੰਧ ਵਿੱਚ ਇਹ ਸ਼ਬਦ ਸਰਵਣ ਕਰੀਏ। ਐਸੋ ਕੌਣ ਬਲੀ ਰੇ, ਐਸੋ ਕੌਣ ਬਲੀ ਰੇ, ਜਿਨ ਮਿਲ ਮਾਰੇ ਪੰਚ ਸੂਰਬੀ। ਐਸੋ ਕੌਣ ਬਲੀ ਰੇ,
ऐसो कौन बली रे जिन मिल मारे पंच सुर बे, ऐसो कौन बली रे ऐसो कौन बली रे। जिन पंच मार बिदार गुदारे सो पूराए कली रे, ऐसो कौन बली रे ऐसो कौन बली रे। जिन मिल मारे पंच सुर बे, ऐसो कौन बली रे ऐसो कौन बली रे। चार बरन चौहा के मर्दन खट दर्शन कर तली रे, चार बरन चौहा के मर्दन खट दर्शन कर तली रे। सुंदर सुगर स्वरूप सियाने पंचो ही मोहे छली रे, पंचो ही मोहे छली रे, पंचो ही मोहे छली रे। ऐसो कौन बली रे ऐसो कौन बली रे। जिन मिल मारे पंच सुर बे, ऐसो कौन बली रे ऐसो कौन बली रे। वड्डी कौम वस पागे नाही मोहकम फौज हठली रे, वड्डी कौम वस पागे नाही मोहकम फौज हठली रे। कहो नानक तिन जन निर्दलिया साध संगत कै चली रे, साध संगत कै चली रे, साध संगत कै चली रे। ऐसो कौन बली रे ऐसो कौन बली रे। जिन मिल मारे पंच सुर बे, ऐसो कौन बली रे ऐसो कौन बली रे। जिन पंच मार बिदार गुदारे सो पूराए कली रे, ऐसो कौन बली रे
ऐसो कौन बली रे जिन मिल मारे पंच सुर भी ऐसो कौन बली रे ना मैला ना तुंदला ना भगवा ना कच नानक लालो लाल है सच्चे रत्ता सच ਕਿੱਥੋਂ ਜ਼ਿਕਰ ਕਹਿਮਾ ਸਮਾਵੈ ਜੀ ਜਨ ਸੁਖ ਸੁਖੇ ਕੌਣ ਕੀ ਮਿਰਪਾ ਕਹਿੰਦਿਆਂ ਸੁਣ ਨਿਤ ਸੇਵਕ ਸੁਹਾਵੈ ਅਗਮ ਗੁੱਚ ਸਾਹਿਬੋ ਦੂਸਲਵ ਨ ਲਵਸ ਪੂਰੇ ਗੁਰ ਉਪਦੇਸਿਆ ਨਾਨਕ ਸੁਣਾ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਤੇ ਆਇਨ ਸੁਣਨ ਸੇ ਪਗ ਸੁਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੇ ਨ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਭ ਤੋਂ ਨੇੜੇ ਪਾਰ ਬ੍ਰਹਮ ਨੂੰ ਗੁਰੂ ਸਾਹਿਬ ਨੂੰ ਭਾਈ ਕਨਈਆ ਜੀ ਨੇ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਕੀ ਦੇਖਿਆ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਗੁਣ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੇ ਰੂਪ ਦੇ ਵਿੱਚ ਜਿੱਥੇ ਕਿਤੇ ਵੀ ਦੇਖਦੇ ਨੇ ਚਾਹੇ ਉਹ ਜ਼ਾਲਮ ਮੁਗਲਾਂ ਨੂੰ ਮੁਸਲਮਾਨਾਂ ਨੂੰ ਚਾਹੇ ਉਹਨਾਂ ਨਾਲ ਲੜਦੇ ਸਿੰਘਾਂ ਨੂੰ ਅਤੇ ਚਾਹੇ ਗੁਰੂ ਸਾਹਿਬ ਨੂੰ ਜਿੱਥੇ ਕਿਤੇ ਵੀ ਦੇਖਦੇ ਨੇ ਜੋ ਦੀਸੇ ਸੋ ਤੇਰਾ ਰੂਪ ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਹਮਰਾ ਭਰਮ ਗਿਆ ਪਾ ਭਾਗਾ ਜਬ ਰਾਮ ਨਾਮ ਚਿੱਤ ਲਾਗਾ ਸੋ ਗੁਰੂ ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਕਿਣਕਾਂ ਮਾਤਰੇ ਦੇ ਵਿੱਚੋਂ ਸਾਡੀ ਝੋਲੀ ਦੇ ਵਿੱਚ ਇਹ ਉਪਦੇਸ਼ ਗੁਰੂ ਸਾਹਿਬ ਪਾਉਣ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ